بسم اللہ الرحمن الرحیم، السلام علیکم ورحمۃ اللہ وبرکاتہ۔ اللہ تعالیٰ کی رحمت، کرم، فضل، شکر کے ساتھ آج کا ولاگ شروع کرتا ہوں۔ جناب علی، اج چھت دے اتے چڑھے ہیں۔ بمپ بند کر دے علی۔ بمپ ہو گیا بند۔ علی چاہ لے کے آ گئی، تو علی نو واجا مارن دے، علی جاندا وہ ہو گیا بند۔ جناب علی چھت دے اتے نا چڑھے ہیں، سب تو اتلی چھت تے جتھے ڈبل ڈال وی لائی سی، تے او دے اتے جڑا ایک اخر تے کمرہ نا اونوں پلسٹر کرن دے ہیں۔ تے جناب ہن ہویا ساڈا وقفہ برائے چائے دا۔ ਇਹ ਜਿਹੜੀ ਚੀਜ਼ ਇਹਨਾਂ ਤੁਹਾਨੂੰ ਦਿਖਾਉਣ ਵਾਸਤੇ ਮੈਂ ਵਲੌਗ ਸਟਾਰਟ ਕੀਤਾ। ਵੇਖੋ ਜੀ, ਘੜਾ ਪੁਰਾਣੇ ਜ਼ਮਾਨਿਆਂ ਦਾ ਹੈ। ਜਨਾਬ ਆ ਵੇਖ ਕੇ, ਘੜਾ ਵੇਖ ਕੇ, ਘੜਾ ਵੇਖ ਕੇ ਤੇ ਜਨਾਬ ਯਾਰੀ ਪੁਰਾਣੀਆਂ ਯਾਦਾਂ ਤਾਜ਼ੀਆਂ ਹੁੰਦੀਆਂ। ਸਾਹਮਣੇ ਪਤਾ ਕਹਿੰਦੇ ਮੈਂ ਸਿਰਫ ਇੱਕ ਖਾਧੀ ਹੈ, ਇੱਕ ਖਾਧੀ ਤੇ ਬਾਅਦ ਚ ਮਿੰਤਾਂ ਕਰਦਾ ਤੇ ਜਾਂਦੇ ਆ। ਚਲਦੇ ਜਿਹੜੀ ਹੈ ਨਾ, ਅੱਧੀ ਅੱਧੀ ਕਰਨੇ ਆ ਸਾਰੀ। ਜਨਾਬ ਅਲੀ ਭਾਈ ਆ ਗਿਆ ਅੱਜ ਟਾਈਮ ਨਾ, ਤੇ ਆਣ ਕੇ ਤੇ ਇਹਦਾ ਨਾਸ਼ਤਾ ਫੌਜੀ ਸਾਹਿਬ ਨੇ ਕਰਾਇਆ, ਇਹਨੂੰ ਇੱਥੋਂ ਹੀ ਨਾਸ਼ਤਾ ਕਰਵਾਇਆ ਆਪਣੇ ਘਰੋਂ ਲਿਆ ਕੇ। ਅਲੀ ਦਾ ਨਾਸ਼ਤਾ ਤੇ ਕਰਨ ਅਸੀਂ ਵੀ ਲੱਗੇ ਹਾਂ, ਕਿਉਂਕਿ ਹੁਣ ਟਾਈਮ ਹੋ ਗਿਆ ਇਸ ਟਾਈਮ 11 ਦਾ, ਪੌਣੇ 11 ਦਾ ਟਾਈਮ ਹੋ ਗਿਆ। ਅਲੀ ਨੇ ਨਾਸ਼ਤਾ ਕਰ ਲਿਆ ਸੀ, ਜਿਹੜਾ ਬਚ ਗਿਆ ਸੀ ਪਰਾਠਾ ਉਹ ਜਨਾਬ ਹੁਣ ਚਾਹ ਦੇ ਨਾਲ ਸਾਰੇ ਚੁਸਕੀਆਂ ਲਾਣ ਲੱਗੇ ਆ। ਤੇ ਇਹ ਜਨਾਬ ਪੁਰਾਣੇ ਵਕਤਾਂ ਦੀਆਂ ਯਾਦਾਂ ਦਿਲਾਉਂਦਾ ਘੜਾ, ਸੋਹਣੀ ਮਹੀ ਬਾਲਦਾ ਜਿਹੜਾ ਸੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਜਨਾਬ ਟਿੰਡਿਆਂ ਦਾ ਸਾਲਣ ਹੈ ਤੇ ਬੜਾ ਕਰਾਰਾ ਜਿਹਾ ਸਾਲਣ ਹੈ। ਟਿੰਡਿਆਂ ਦੇ ਭੈਣਾਂ ਅਲੀ ਚਾਹ ਦੇ ਨਾਲ ਹੀ ਹੈ ਬਸ ਸਹੀ ਆ। ਆਜੋ ਜਿਹਨੇ ਸਾਡਾ ਨਾਸ਼ਤਾ ਕਰਨਾ, ਜਿਹਨੇ ਸਾਡਾ ਨਾਸ਼ਤਾ ਕਰਨਾ 11 ਵਜੇ ਦਾ। ਅਲੀ ਪੀ ਲੈ ਵਾਹ ਜੀ ਵਾਹ, ਇਹ ਸਾਡਾ ਮੁੰਡਾ ਅਲੀ ਜਿਹੜਾ ਨਾ ਬੜੀ ਛਾਪ ਲਾਉਂਦਾ ਹੈ। ਇਹ 5-10 ਮਿੰਟਾਂ 'ਚ ਪੂਰੀ ਕੰਧ ਦੀ ਛਾਪ ਲਾ ਕੇ ਤੇ ਮਿਸਤਰੀ ਨੂੰ ਕਹਿੰਦਾ ਚੱਲ ਵੀ ਮਿਸਤਰੀ ਰਾੜ ਮਾਰ ਤੇ ਮਾਲਾ ਮਾਰ। ਜਨਾਬ ਅਲੀ, ਇਹ ਸੀੜੀਆਂ ਜਿਹੜੀਆਂ ਥੱਲੋਂ ਉੱਤੇ ਹੁੰਦੀਆਂ ਸਭ ਤੋਂ ਉੱਤੇ ਟੋਪ 'ਤੇ ਹੈ, ਜਿੱਥੇ ਆ ਸਾਰੀ ਨਾ ਆਪਾਂ ਟੈਲ ਟੂਲ ਲਾਈ ਸੀ, ਇੱਥੇ ਸਮਾਨ ਫੌਜੀ ਸਾਹਿਬ ਦਾ ਆਉਣਾ ਸ਼ੁਰੂ ਹੋ ਗਿਆ ਘਰ ਤੋਂ। ਉਹਦੇ ਉੱਤੇ ਆ ਜਨਾਬ ਅਲੀ ਇੱਕ ਕਮਰਾ ਬਣਿਆ ਸੀ, ਇੱਥੇ ਪਹਿਲਾਂ ਪਾਣੀ ਸੀ ਉਹ ਕੰਕਰੀਟ ਦੀ ਤਿਆਰ ਛੱਤ, ਅਤੇ ਉਹ ਜਿਹੜੀ ਇਹਨਾਂ ਇਕੱਲੇ ਕਮਰੇ ਵਾਸਤੇ ਐਡੀ ਦੂਰ ਆਣ ਕੇ ਕੋਈ ਵੀ ਨਹੀਂ ਸੀ ਕਹਿੰਦਾ ਐਡੀ ਉੱਚੀ, ਫਿਰ ਇਸ ਤੋਂ ਆਹੀ ਛੱਤ ਜਿਹੜੀ ਇਹਨਾਂ ਲਿਆ ਕੇ ਅਤੇ ਇੱਥੇ ਪਾਤੀ। ਇਹ ਛੱਤ ਪਾ ਗਏ ਸੀ ਜਨਾਬ ਅਲੀ, ਪਿਛਲੀ ਵੀਡੀਓ 'ਚ ਨਹੀਂ ਤੁਹਾਨੂੰ ਦਿਖਾਈ, ਉੱਦਾਂ ਛੱਤ ਪਾ ਗਏ ਸੀ ਪਿਛਲੀ ਵੀਡੀਓ 'ਚ ਜਿੱਦਣ ਕੰਮ ਕੀਤਾ ਨਾ ਉੱਦਣ, ਅਤੇ ਉੱਦਣ ਜਨਾਬ ਅਲੀ ਫਿਰ ਅੱਜ ਜਿਹੜਾ ਨਾ ਇਹਦਾ ਨੰਬਰ ਲੱਗ ਗਿਆ ਸੀ। ਅੱਛਾ, ਅੱਜ ਜਨਾਬ ਅਲੀ ਇਹਦਾ ਪਲਸਤਰ ਦੀ ਵਾਰੀ ਆ ਗਈ ਹੈ। ਇਹ ਦੋ ਕੰਧਾਂ ਜਿਹੜੀਆਂ ਨੇ ਨਾ, ਇੱਕ ਆਹ ਕੰਧ ਅਤੇ ਇੱਕ ਆਹ ਕੰਧ, ਉੱਤੋਂ ਉੱਤੋਂ ਕਰਕੇ ਅਤੇ ਜਨਾਬ ਅਲੀ ਚਾਹ ਪੀਤੀ ਸੀ ਅਤੇ ਰੋਟੀ ਖਾਧੀ ਸੀ, ਠੀਕ ਹੈ ਨਾ। ਅਤੇ ਫਿਰ ਆਹ ਥੱਲੋਂ ਥੱਲੋਂ ਕੀਤੀਆਂ ਕੰਧਾਂ ਹੁਣ ਇੱਧਰਲੀਆਂ ਸਾਰੀਆਂ ਕੰਧਾਂ ਕਰਕੇ ਆਹ ਜਿਹੜੀਆਂ ਆਹ ਇੱਕ ਵਿੰਡੋ ਦੀ ਧਾਰ ਲੱਗ ਗਈ, ਔਰ ਰੋਸ਼ਨਦਾਨ ਦੀਆਂ ਧਾਰਾਂ, ਔਰ ਰੋਸ਼ਨਦਾਨ ਦੀਆਂ ਧਾਰਾਂ, ਜਾਂ ਉਹ ਕੱਚ ਥੋੜ੍ਹੀ ਜਿਹੀ ਲੱਗ ਗਈ। ਅਤੇ ਜਨਾਬ ਅਲੀ ਇਹ ਸਾਰਾ ਕੰਮ ਹੁਣ ਹੋ ਗਿਆ 1:12 ਤੱਕ, ਅਤੇ ਹੁਣ ਚੱਲੇ ਅਸੀਂ
ਸੱਚੀ ਮੁੱਚੀ ਦੀ ਰੋਟੀ ਖਾਣ ਅੱਗੇ ਤੇ ਬਸ ਉਹ ਚੁਸਕੀ ਲਾਏ ਸੀ ਨਾ ਚਾਹ ਤੇ ਰੋਟੀ। ਅਲਹਮਦੁਲਿਲਾ ਜੀ ਦੋਸਤੋ, ਇਸ ਟਾਈਮ ਬੈਠਾ ਵਾ ਚੰਗੀ ਉੱਚੀ ਛੱਤ ਦੇ ਉੱਤੇ, ਜਿਸ ਤਰ੍ਹਾਂ ਕਿ ਤੂੰ ਸਾਨੂੰ ਬਿਲਡਿੰਗਾਂ ਨਜ਼ਰ ਆ ਰਹੀਆਂ ਨੇ ਮੇਰੇ ਬੈਕ ਸਾਈਡ 'ਤੇ। ਉਹ ਸਾਹਮਣੇ ਨਾ ਮਤਲਬ ਕਿੱਧਰ ਨੂੰ ਉਂਗਲ ਜਾਂਦੀ ਪਈ ਏ ਨਾ ਇੱਧਰ ਨੂੰ, ਉਹ ਵੇਖੋ ਝੰਗ ਰੋਡ ਆ, ਉਹ ਜਿਹੜਾ ਇਹ ਝੰਗ ਰੋਡ ਏ। ਅਗਲੇ ਕੈਮਰੇ ਨਾਲ ਇਹੋ ਹੀ ਤਾਂ ਮੁਸੀਬਤ ਹੈ ਵੀਡੀਓ ਬਣਾਉਣ ਦੀ ਕਿ ਨਜ਼ਰ ਹੀ ਨਹੀਂ ਆਉਂਦਾ ਕਿੱਧਰ ਨੂੰ ਕੈਮਰਾ ਵੱਜਣ ਡਿਆ ਅਤੇ ਕਿੱਧਰ ਨੂੰ ਉਂਗਲੀ ਦਾ ਇਸ਼ਾਰਾ ਕਰਨ ਲੱਗੋ। ਅਤੇ ਆਹ ਪਿੱਛੇ ਜਿਹੜੀ ਵੀ ਤੁਹਾਨੂੰ ਨਜ਼ਰ ਆ ਰਹੀ ਨਾ ਸਾਰੀ ਅਬਦੁੱਲਾ ਸਿਟੀ ਕਲੋਨੀ ਹੈ, ਉਹ ਨਜ਼ਰ ਆ ਰਹੀ, ਠੀਕ ਹੈ। ਅਤੇ ਜਨਾਬ ਵਾਲੀ ਇੱਥੇ ਬੈਠੇ ਮੁੰਡੀ ਦੀ ਛੱਤ ਪਾਉਣੇ, ਥੱਲੇ ਉਤਰਨੇ ਆ ਅਤੇ ਤੁਹਾਨੂੰ ਦਿਖਾਉਂਦੇ ਹਾਂ ਇਸ ਤਰ੍ਹਾਂ ਨਾ ਟੇਪਰ ਜੀ ਉਹਦੀ ਛੱਤ 'ਤੇ ਉਹ ਪਾਉਂਦੇ ਹਾਂ। ਖਾਣਾ ਖਾ ਕੇ ਆ ਗਏ ਸੀ ਆਣ ਕੇ, ਅਤੇ ਫਿਰ ਜਿਹੜੀਆਂ ਅੰਦਰਲੀਆਂ ਧਾਰਾਂ ਵਗੈਰਾ ਸਨ ਉਹ ਲਾਈਆਂ ਸੀ। ਉਸ ਤੋਂ ਬਾਅਦ ਥੋੜ੍ਹੀ ਦੇਰ ਹੋਈ ਹਲਵਾ ਖਾ ਕੇ ਹਟੇ ਹਾਂ, ਜੁਮੇਰਾਤ ਵਾਲੇ ਦਿਨ ਖਾਣਾ ਜੀ ਦੀ ਬਿਰਿਆਨੀ ਅਤੇ ਹਫ਼ਤੇ ਨੂੰ ਕਾਹੀਦਾ ਹਲਵਾ। ਇਹ ਦਿਨ ਸਾਰੇ ਫਿਕਸ ਕਰਕੇ ਮੌਲਵੀ ਨੂੰ, ਮੌਲਵੀ ਨੇ ਨਾ ਫੌਜੀ ਸਾਹਿਬ ਨੂੰ ਪਰਚੀ ਤਾਂ ਦਿੱਤੇ ਰਹਿੰਦੇ ਉਹ, ਫਿਰ ਉਸ ਹਿਸਾਬ ਨਾਲ ਉਹ ਜਿਹੜੀ ਜਿਹੜੀ ਸ਼ੈ ਦਾ ਦਿਨ ਹੋਏ ਉਹ ਸ਼ੈ ਪੱਕ ਕੇ ਆ ਜਾਂਦੀ ਹੈ, ਠੀਕ ਹੈ। ਮੈਂ ਕਿਹਾ ਇੰਨੀ ਕੁ ਅਪਡੇਟ ਦੇ ਦਾਂ ਅਤੇ ਆਹ ਵੇਖੋ ਕਿੱਥੇ ਚੜ੍ਹ ਕੇ ਲੱਗੇ ਆ। ਮੈਂ ਇੱਥੇ ਲੱਗਾ ਅਤੇ ਮੌਲਵੀ ਤੂੰ ਕਿੱਥੇ ਲੱਗਾ? ਉਹ ਮੌਲਵੀ ਤੂੰ ਹੀ ਆ ਜਾ ਸਾਹਮਣੇ ਹੋਏ। ਇਹ ਜਨਾਬ ਯਾਰੀ ਕਮਰਾ ਪਲਸਤਰ ਕੀਤਾ, ਇਹਦੀ ਛੱਤ ਦੇ ਉੱਤੇ ਨਾ ਡਬਲ ਟਾਇਰ ਲਾਉਣ ਦੇ ਨਾ ਮੌਲਵੀ ਸਾਹਿਬ। ਮੌਲਵੀ ਸਾਹਿਬ ਆਪਣਾ ਤਾਰਫ ਕਰਾਓ। ਇਹ ਮੌਲਵੀ ਸਾਹਿਬ, ਮੌਲਵੀ ਦਾ ਮਾਸਾ ਮਿੰਤਰ ਲਾ ਕੀਤਾ ਜੀ, ਬਾਏ ਬਾਏ ਵਿੱਚ ਕੀਤਾ ਸੀ। ਇਹ ਕਿੱਧਰ ਵੀ ਥੱਲੇ ਆਵਾਜ਼ਾਂ ਮਾਰਨ ਡਿਆ ਜੀ। ਹਾਂ ਉਧਰੋਂ ਢਾ ਲੈਣਾ ਇੱਕ ਨੂੰ। ਮਾਸ਼ਾਅੱਲਾ ਤਬਾਰਕ ਅੱਲਾ ਜਨਾਬ ਵਾਲੀ, ਇਹ ਜਿਹੜੀ ਹੈ ਨਾ ਆਪਾਂ ਬਣਾਈ ਹੈ ਟੇਪਰ ਸੀੜੀ ਵਾਲੀ, ਇਹਦੇ ਇੱਧਰਲੇ ਪਾਸੇ 'ਤੇ ਰੱਖੀ ਡਰਾਮੀ ਅਤੇ ਪਰਲੀ ਟੇਪਰ ਬਣਾ ਕੇ ਸਾਰੀ ਇਹ ਤਿਆਰ ਕੀਤੀ ਹੈ। ਅਲੀ ਭਾਈ ਮਸਾਲਾ ਬਣਾਉਣ ਡਿਆ ਟੈਲਾਂ ਉੱਤੇ ਪਾਉਣ ਵਾਸਤੇ। ਜਨਾਬ ਵਾਲੀ ਇਹ ਸਾਡੀਆਂ ਟਾਲਾਂ ਗਈਆਂ ਅਲੱਗ, ਟੈਲਾਂ ਕਾਹਦੀਆਂ ਰੋੜੇ ਲੱਗਣ। ਇਹ ਸਾਰੀ ਜਗ੍ਹਾ ਇੰਨੀ ਕੁ ਪਾਸੇ ਜਗ੍ਹਾ ਰਹਿ ਗਈ ਅਗਲੀ, ਇਹਦੇ ਉੱਤੇ ਰੋੜੇ ਲਾ ਕੇ ਅਤੇ ਫਿਰ ਸੀਮਟ ਗਰਾਊਂਡ ਕਰਕੇ ਫਿਰ ਅਸੀਂ ਜਾਣਾ। 6:00 ਅਤੇ 40 ਮਿੰਟ ਹੋ ਚੱਲੇ ਨੇ ਤਕਰੀਬਨ, ਅੱਜ ਜਿਹੜਾ ਨਾ 7:30 ਤੱਕ ਓਵਰ ਟਾਈਮ ਲੱਗੇਗਾ ਤਕਰੀਬਨ। ਚਲੋ ਅੱਲਾ ਕਰੀਏ। ਮਗਰਬ ਦੀ ਅਜ਼ਾਨ ਹੋਣ ਲੱਗ ਪਈ ਜਨਾਬ ਵਾਲੀ, ਸਾਰੀ ਟਾਲ ਗਈ ਅਲਹਮਦੁਲਿਲਾ ਅਲੱਗ। ਹੁਣ ਮਸਾਲਾ ਉੱਤੇ ਪਾਉਣ ਲੱਗੇ ਹਾਂ। ਵੇਖੋ ਜੀ ਮਗਰਬ ਟਾਈਮ, ਦੁਨੀਆਦਾਰੀ ਦਾ ਨਜ਼ਾਰਾ। ਉਦੋਂ ਰੋਸ਼ਨੀ ਸੀ ਤੇ ਹੁਣ ਹਨੇਰਾ ਹੋ ਗਿਆ ਨਾ ਇਸ।
ਚੱਲ 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 ਮਾਰ ਮਾਰ ਮਾਰ। ਅੱਛਾ ਜਨਾਬੇ ਵਾਲੀ ਅਸੀਂ ਤਾਂ ਲੱਗੇ ਨੇ ਉੱਤੇ, ਥੱਲੇ ਸੀਲਿੰਗ ਵਾਲੇ ਲੱਗੇ ਹਨ। ਉਹਨਾਂ ਨੇ ਅੱਜ ਕੀ ਕੰਮ ਕੀਤਾ ਜਨਾਬੇ, ਅੱਜ ਬੈਠਕ ਹੈ ਨਾ, ਉਹਦੀ ਸੀਲਿੰਗ ਅੱਜ ਮੁਕੰਮਲ ਕੀਤੀ ਨੇ। ਅਤੇ ਇਹ ਦੇਖੋ ਮਾਸ਼ਾਅੱਲਾ ਸਾਡੀ ਸੀਲਿੰਗ ਦਾ ਡਿਜ਼ਾਇਨ ਹੈ ਬੈਠਕ ਦੀ ਦਾ, ਮਾਸ਼ਾਅੱਲਾ ਬੜੀ ਪਿਆਰੀ ਖੂਬਸੂਰਤ ਲੱਗਦੀ। ਪਿਛਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਹੈ ਨਾ ਪਿਛਲੇ ਦੋਨੇ ਬੈਡਰੂਮ ਜਿਹੜੇ ਨੇ, ਅਤੇ ਇਹ ਜਨਾਬੇ ਵਾਲੀ ਆ ਬੈਠਕ ਅਤੇ ਸੀਲਿੰਗ ਦਾ ਡਿਜ਼ਾਇਨ ਦੇਖੋ ਜੀ, ਕਿਆ ਬਾਤ ਹੈ। ਇਸ ਪਾਸਿਓ ਮੈਂ ਥੋੜ੍ਹਾ ਜਿਹਾ ਤੁਹਾਨੂੰ ਵਿਊ ਦਿਖਾ ਦੇ। ਛੱਤ 'ਤੇ ਸਾਰੀ ਤਾਂ ਸੀਮਟ ਸੁਮਟ ਪਾ ਕੇ ਦੋਸਤੋ, ਅਤੇ ਉਹਨੂੰ ਗਰਾਊਂਡ ਕਰਕੇ ਅਤੇ ਛੁੱਟੀ ਕਰਕੇ 8 ਵਜੇ ਘਰ ਆ ਗਏ ਸੀ। ਘਰ ਆਏ ਅਤੇ ਆਉਂਦਿਆਂ ਨੂੰ ਨਾ ਬਿਜਲੀ ਬੰਦ ਹੋ ਗਈ। ਫਿਰ ਨਾ ਵੈਸੇ ਮੂੰਹ ਹੱਥ ਧੋ ਕੇ ਅਤੇ ਹੁਣ ਲੱਗੇ ਆ ਖਾਣਾ ਖਾਣ, ਦੁਪਹਿਰ ਦਾ ਆਪਣਾ ਸ਼ਾਮ ਦਾ। ਅਤੇ ਖਾਣੇ ਦੇ ਵਿੱਚ ਕੀ ਹੈ ਜੀ, ਦਹੀਂ ਭੱਲੇ ਨਾਲ ਟਿੱਕੀਆਂ, ਅਤੇ ਨਾਲ ਇਹ ਮੁਰਗੀ ਵਾਲੇ ਅਤੇ ਆਲੂ ਵਿੱਚ ਪਾ ਕੇ ਚਾਵਲ ਬਣਾਏ ਨੇ। ਆਹ ਸਾਰਾ ਕੁਛ ਮੈਂ ਉੱਤੇ ਪਾ ਲਿਆ ਕਿਉਂਕਿ ਅਜ਼ਾਨਾਂ ਹੋਣਡੀਆਂ ਸੀ ਈਸ਼ਾ ਦੀਆਂ, ਅਤੇ ਫਿਰ ਮੈਂ ਕੈਮਰਾ ਨਹੀਂ ਸੀ ਨਾ ਉਦੋਂ ਔਨ ਕੀਤਾ, ਅਤੇ ਇਸ ਤੋਂ ਬਾਅਦ ਸਾਰਾ ਕੁਛ ਪਾ ਲਿਆ। ਟਿੱਕੀ ਵੀ ਉੱਤੇ ਰੱਖ ਲਈਏ, ਆਲੂ ਅਤੇ ਰਾਇਤਾ ਜੋ ਵੀ ਆ, ਦਹੀਂ ਭੱਲੀਆਂ ਜੀ ਆਪਣੀਆਂ ਉਹ ਵੀ ਪਾ ਲਏ ਉੱਤੇ। ਬਿਸਮਿਲ੍ਲਾ ਕਰਕੇ ਸ਼ੁਰੂ ਕਰੀਏ, ਅਤੇ ਫਿਰ ਬਿਜਲੀ ਆਏਗੀ ਅਤੇ ਨਹਾ ਧੋ ਕੇ ਫਰੈਸ਼ ਹੋ ਜਾਵਾਂਗੇ। ਠੀਕ ਹੈ, ਅਲਹਮਦੁਲਿਲਾ ਮਾਸ਼ਾਅੱਲਾ। ਦੋਸਤੋ ਚਾਵਲ ਬੜੇ ਮਜ਼ੇਦਾਰ ਨੇ, ਅਲਹਮਦੁਲਿਲਾ ਮਜ਼ੇ ਦੇ ਨਾਲ ਮੈਂ ਖਾਣਾ ਖਾ ਲਾ, ਠੀਕ ਹੋ ਗਿਆ। ਇਹ ਸੀ ਮੇਰਾ ਅੱਜ ਦਾ ਬਲੌਗ, ਅੱਛਾ ਲੱਗਾ। ਹਵਾ ਹਨੇਰੀ ਚੱਲਣ ਡਈ, ਦਰਵਾਜ਼ਾ ਭੱਜਿਆ ਚੰਗਾ ਜ਼ੋਰ ਦੀ, ਅਤੇ ਇਸ ਬਲੌਗ ਦਾ ਕਰੀ ਇੱਥੇ ਐਂਡ। ਇਹਨੂੰ ਤੁਸੀਂ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਆਦਿ ਕਰ ਲਓ। ਇਨਸ਼ਾਅੱਲਾ ਫਿਰ ਮਿਲਦੇ ਤੁਹਾਡੇ ਨਾਲ ਅਗਲੇ ਵਲੌਗ 'ਚ। ਅਗਲੇ ਵਲੌਗ ਤੱਕ ਆਪਣੇ ਵੀਰ ਮਿਸਤਰੀ ਸਾਨੂੰ ਦਿਓ ਇਜਾਜ਼ਤ। ਆਪਣਾ ਅਤੇ ਆਪਣੇ ਪਿਆਰਾਂ ਦਾ ਬਹੁਤਾ ਬਹੁਤਾ ਖਿਆਲ ਰੱਖਿਓ। ਅੱਲਾ ਹਾਫਿਜ਼।